deja. ਬਹੁਤ ਰੰਗਾਂ ਦਾ ਦੇਸ਼ ਹੈ, ਬਹੁਤ ਕੌਮਾਂ ਦੇ ਲੋਕ ਰਹਿੰਦੇ ਨੇ, ਬਹੁਤ ਮਜ਼ਹਬਾਂ ਧਰਮਾਂ ਦੇ ਲੋਕ ਵੱਸਦੇ ਨੇ, ਪਰ ਜਬਰੀ ਹੁਣ ਪੂਰੇ ਦੇਸ਼ ਦੇ ਉੱਤੇ ਇਹਨਾਂ ਨੇ ਨੀਤੀ ਤਿਆਰ ਕਰ ਲਈ ਕਿ ਜਬਰੀ ਪੂਰੇ ਦੇਸ਼ ਦੇ ਵਿੱਚ ਅਸੀਂ 2022-23 ਤੱਕ ਪੂਰੇ ਦੇਸ਼ ਨੂੰ ਅਸੀਂ ਹਿੰਦੀ ਭਾਸ਼ਾ ਦੇ ਅਧੀਨ ਕਰ ਲਾਂਗੇ। ਇਹ ਫਰਮਾਨ ਜਾਰੀ ਹੋਇਆ ਅਸੀਂ, ਹੁਣ ਤੁਸੀਂ ਦੇਖਿਓ ਕਿ ਕਿਵੇਂ ਆਉਣ ਵਾਲੇ 6 ਮਹੀਨਿਆਂ 'ਚ 1 ਸਾਲ ਦੇ ਵਿੱਚ ਬਿਆਨ ਆਉਣਾ ਹੈ ਕਿ ਇੱਕ ਦੇਸ਼ ਇੱਕ ਬੋਲੀ ਇੱਕ ਧਰਮ। ਇਹਨਾਂ ਨੇ ਆਪਣੇ ਸਾਹਮਣੇ ਇੱਕ ਉਦਾਹਰਨ ਸੈੱਟ ਕਰਤੀ ਕਸ਼ਮੀਰ ਦੀ ਕਿ ਅਸੀਂ ਜੇ ਕਸ਼ਮੀਰ ਦੇ ਵਿੱਚ ਧਾਰਾ 370 ਤੋੜ ਸਕਦੇ ਹਾਂ, 35A ਤੋੜ ਸਕਦੇ ਹਾਂ, 1.25 ਕਰੋੜ ਇਨਸਾਨਾਂ ਨੂੰ ਅਸੀਂ ਅੰਦਰ ਡੱਕ ਸਕਦੇ ਹਾਂ, ਅੱਜ 45 ਦਿਨ ਹੋ ਗਏ ਭਰਾਵੋ, ਤਾਂ ਫਿਰ ਜਿਹੜਾ ਵੀ ਬੰਦਾ ਸਾਡੇ ਕਿਸੇ ਫਰਮਾਨ ਦੇ ਖਿਲਾਫ ਜਾਊਗਾ ਅਸੀਂ ਉਹਨਾਂ ਨਾਲ ਇਹੋ ਕੁਛ ਕਰਾਂਗੇ। ਮੈਂ ਪਹਿਲਾਂ ਵੀ ਬੋਲਿਆ ਸੀ ਕਿ ਕਸ਼ਮੀਰ ਤੋਂ ਬਾਅਦ ਨੰਬਰ ਪੰਜਾਬ ਦਾ ਆਉਣਾ, ਪਰ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਅਸੀਂ ਸਾਡੇ ਖੁਦ ਲੋਕ ਹੈ। ਅਮਿਤ ਸ਼ਾਹ ਦਾ ਬਿਆਨ ਆਉਂਦਾ ਕਿ ਦੇਸ਼ ਨੂੰ ਪੂਰੇ ਦੇਸ਼ ਨੂੰ ਹਿੰਦੀ ਭਾਸ਼ਾ ਦੇ ਵਿੱਚ ਰੰਗਾਂਗੇ। ਪਹਿਲੀ ਗੱਲ ਮੈਂ ਦੱਸਣੀ ਚਾਹੁੰਦਾ, ਹਿੰਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਆ। ਭਾਰਤੀ ਸੰਵਿਧਾਨ ਦੇ ਹਿਸਾਬ ਦੇ ਨਾਲ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। 22 ਭਾਸ਼ਾਵਾਂ ਨੇ ਇਸ ਮੁਲਕ ਦੀਆਂ, 22 ਭਾਸ਼ਾਵਾਂ, ਸਾਰੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਜਿਵੇਂ ਹਿੰਦੀ ਨੂੰ ਹੈ, ਉਵੇਂ ਪੰਜਾਬੀ ਨੂੰ ਹੈ, ਉਵੇਂ ਤਾਮਿਲ ਨੂੰ ਹੈ, ਉਵੇਂ ਤੇਲਗੂ ਕੰਨੜ ਨੂੰ ਹੈ। ਭਰਾਵੋ, ਅਸੀਂ ਕਿਸੇ ਵੀ ਜ਼ਬਾਨ ਦੇ ਖਿਲਾਫ ਨਹੀਂ। ਕਈ ਵਾਰੀ ਇਹ ਹੋ ਜਾਂਦਾ ਹੈ ਕਿ ਅਸੀਂ ਹਿੰਦੀ ਦੇ ਖਿਲਾਫ ਹੈ, ਅਸੀਂ ਅੰਗਰੇਜ਼ੀ ਦੇ ਖਿਲਾਫ ਹੈ, ਨਹੀਂ। ਅਸੀਂ ਕਹਿੰਦੇ ਹਾਂ ਸਾਰੀਆਂ ਜ਼ਬਾਨਾਂ ਦਾ ਸਤਿਕਾਰ ਕਰੋ, ਸਾਰੀਆਂ ਜ਼ਬਾਨੀਆਂ ਪੜ੍ਹੋ, ਲਿਖੋ, ਸਿੱਖੋ, ਪਰ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ, ਆਪਣੀ ਮਾਂ ਬੋਲੀ ਨੂੰ ਨਾ ਭੁੱਲੋ। ਅੱਜ ਕਈ ਵਾਰੀ ਕੀ ਹੁੰਦਾ ਕਿ ਬਹੁਤ ਐਸੀਆਂ ਤਾਕਤਾਂ ਨੇ ਜਿਹੜੀਆਂ ਉਹ ਕਿਸੇ ਬੋਲੀ ਨੂੰ ਇੱਕ ਧਰਮ ਦੇ ਨਾਲ ਇੱਕ ਫਿਰਕੇ ਨਾਲ ਜੋੜ ਦਿੰਦੀਆਂ ਨੇ। ਜਿਵੇਂ ਕਿਹਾ ਜਾਂਦਾ ਕਿ ਜੀ ਹਿੰਦੀ ਹਿੰਦੂਆਂ ਦੀ ਹੈ, ਸਿੱਖਾਂ ਦੀ ਪੰਜਾਬੀ ਹੈ, ਮੁਸਲਮਾਨਾਂ ਦੀ ਉਰਦੂ ਹੈ। ਨਹੀਂ, ਇਹ ਪੰਜਾਬੀ ਜ਼ਬਾਨ ਹਿੰਦੂਆਂ ਦੀ, ਸਿੱਖਾਂ ਦੀ, ਮੁਸਲਮਾਨਾਂ ਦੀ, ਈਸਾਈਆਂ ਦੀ, ਸਭ ਦੀ ਸਾਂਝੀ ਜ਼ਬਾਨ ਹੈ। ਇਹ ਜਿੱਥੇ ਬਾਬੇ ਨਾਨਕ ਦੀ ਹੈ, ਉੱਥੇ ਬਾਬੇ ਫਰੀਦ, ਬਾਬੇ ਕਬੀਰ ਦੀ ਹੈ, ਉੱਥੇ ਸ਼ਿਵ ਕੁਮਾਰ ਚਾਤਰਕ ਵਰਗਿਆਂ ਦੀ ਵੀ ਬੋਲੀ ਹੈ। ਇਹ ਬੋਲੀ ਦੇ ਵਿੱਚ ਜੇ ਕੁਛ ਰਚਿਆ ਗਿਆ, ਸਾਹਿਤ ਰਚਿਆ ਗਿਆ, ਤਾਂ ਸਾਰੇ ਧਰਮਾਂ ਦੇ ਲੋਕਾਂ ਦੇ ਇਹ ਸਾਹਿਤ ਨੂੰ ਰਚਿਆ ਭਰਾਵੋ। ਪਰ ਹੁਣ ਇਹਨਾਂ ਦੇ ਹਮਲੇ ਤੇਜ਼ ਹੋ ਗਏ ਆ। ਆਪਾਂ ਦੇਖਦੇ ਹਾਂ ਬੈਂਕਾਂ ਦੇ ਵਿੱਚ ਚਲੇ ਜਾਓ, ਸਾਰਾ ਕੰਮ ਕਾਰ ਹਿੰਦੀ 'ਚ ਆ ਜਾਂ ਅੰਗਰੇਜ਼ੀ 'ਚ। ਤੁਸੀਂ ਪੰਜਾਬੀ ਦੇ ਵਿੱਚ ਕੋਈ ਚੈੱਕ ਭਰ ਕੇ ਲਾ ਦਿਓ, ਉਹ ਵਾਪਸ ਕਰ ਦਿੰਦੇ ਆ ਭਰਾਵੋ। ਉੱਥੇ ਆਪਣੇ ਪਿੰਡਾਂ ਵਾਲੇ ਬੰਦੇ, ਬਜ਼ੁਰਗ, ਅਨਪੜ੍ਹ ਮਾਤੜ ਹੁੰਦੇ ਆ,
ਉਹਨਾਂ ਨੂੰ ਹਿੰਦੀ ਅੰਗਰੇਜ਼ੀ ਤਾਂ ਦੂਰ ਦੀ ਗੱਲ ਹੈ, ਪੂਰੀ ਪੰਜਾਬੀ ਵੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਹੁੰਦੀ। ਉਹਨਾਂ ਨੂੰ ਕੀ ਪਤਾ ਉੱਥੇ ਕਿੱਦਾਂ ਧੱਕੇਸ਼ਾਹੀ ਹੁੰਦੀ ਹੈ। ਪਰਸੋਂ ਸੰਘੇੜਾ ਹੈ ਬਰਨਾਲੇ ਦੇ ਕੋਲ ਇੱਕ ਚੈੱਕ ਪੰਜਾਬੀ 'ਚ ਭੇਜਿਆ ਗਿਆ, ਲਿਖ ਕੇ ਦਿੱਤਾ ਗਿਆ ਬੈਂਕ 'ਚ, ਬੈਂਕ ਨੇ ਉਹ ਚੈੱਕ ਵਾਪਸ ਕਰਤਾ। RBI ਰਿਜ਼ਰਵ ਬੈਂਕ ਆਫ ਇੰਡੀਆ, ਉਹਦੀਆਂ ਪਾਲਿਸੀਆਂ ਉਹਦੀਆਂ ਨੀਤੀਆਂ ਕੀ ਨੇ ਉਹਨੂੰ ਦੱਸਣਾ ਚਾਹੁੰਦਾ। RBI ਦੀ ਨੀਤੀ ਇਹ ਹੈ ਵੀ ਜਿਹੜੇ ਸੂਬੇ ਦੇ ਵਿੱਚ ਕੋਈ ਸਾਡਾ ਬੈਂਕ ਹੈ, ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਨੇ, ਜਿਹੜਾ ਉੱਥੇ ਕੰਮ ਕਾਰ ਹੁੰਦਾ ਹੈ ਲਿਖਤ ਪੜ੍ਹਤ ਦਾ, ਉਹ ਸੂਬੇ ਦੀ ਮਾਂ ਬੋਲੀ 'ਚ ਹੋਊਗਾ। ਇਹ RBI ਦਾ ਕਾਨੂੰਨ ਹੈ, ਹਦਾਇਤ ਹੈ। ਇੱਕ ਹੋਰ ਹਦਾਇਤ ਹੈ RBI ਦੀ ਵੀ ਜੇ ਕੋਈ ਗੁਜਰਾਤ ਦੇ ਵਿੱਚੋਂ, ਕੋਈ UP 'ਚੋਂ, ਕੋਈ ਬੰਗਾਲ 'ਚੋਂ ਕੋਈ ਮੁਲਾਜ਼ਮ ਪੰਜਾਬ ਦੇ ਕਿਸੇ ਬੈਂਕ 'ਚ ਕੰਮ ਕਰਦਾ, ਉਹ ਪਹਿਲੀ ਕਤਾਰ ਦੇ ਵਿੱਚ ਤਾਂ ਬੈਠੂਗਾ ਜੇ ਉਹਨੂੰ ਪੰਜਾਬੀ ਆਉਂਦੀ ਹੋਊਗੀ। ਜੇ ਪੰਜਾਬੀ ਨਹੀਂ ਆਉਂਦੀ ਤਾਂ ਮਗਰਲੀ ਕਤਾਰ 'ਚ ਬੈਠੂਗਾ। ਪਰ ਇੱਥੇ ਉਲਟਾ, ਆਪਣੇ ਬਿਜਲੀ ਬੋਰਡ ਦੇ ਬਿੱਲ ਦੇਖ ਲਓ, ਉਹ ਅੰਗਰੇਜ਼ੀ 'ਚ। ਭਾਸ਼ਾ ਵਿਭਾਗ ਵਾਲੇ ਇੱਥੇ ਐਲਾਨ ਕਰ ਦਿੰਦੇ ਆ ਜੀ ਅਸੀਂ ਪੰਦਰਵਾੜਾ ਮਨਾ ਰਹੇ ਹਾਂ। ਭਾਸ਼ਾ ਵਿਭਾਗ ਦਾ ਕੰਮ ਹੈ, ਜਿੰਨੇ ਆ ਬੋਰਡ ਨੇ, ਅਦਾਰੇ ਨੇ, ਦਫ਼ਤਰ ਨੇ, ਉਹਨਾਂ 'ਚ ਜਾ ਕੇ ਦੇਖਣਾ ਕਿ ਕੀ ਕੰਮ ਕਾਰ ਪੰਜਾਬੀ 'ਚ ਹੋ ਰਿਹਾ। ਪਰ ਉਹ ਕੱਲੀਆਂ ਲੋਈਆਂ ਪਾ ਦਿੰਦੇ ਆ, ਮਾਨ ਸਨਮਾਨ ਲੇਖਕਾਂ ਦਾ ਕਰ ਦਿੰਦੇ ਆ, ਉਹਦੇ 2-4 ਲੇਖ ਬੋਲ ਕੇ ਉੱਡ ਜਾਂਦੇ ਆ, ਉਹਦੇ 20-50 ਬੰਦੇ ਉਹੀ ਹੁੰਦੇ ਆ, ਕਹਿੰਦੇ ਜੀ ਪੰਜਾਬੀ ਦਾ ਵਿਕਾਸ ਹੋ ਰਿਹਾ, ਪੰਜਾਬੀ ਵੱਧ ਫੁੱਲ ਰਹੀ ਹੈ। ਕਿੱਥੇ ਵੱਧ ਰਹੀ ਹੈ? ਉਹ ਸਾਡੇ ਸਕੂਲਾਂ ਦੇ ਹਾਲਾਤ ਦੇਖ ਲਓ, ਸਕੂਲਾਂ ਦੇ ਵਿੱਚ ਪੰਜਾਬ ਦੇ ਜਿੰਨੇ ਅੰਗਰੇਜ਼ੀ ਮਾਧਿਅਮ ਸਕੂਲ ਹੈ, ਜਵਾਕਾਂ ਨੂੰ ਪੰਜਾਬੀ ਬੋਲਣ 'ਤੇ ਜੁਰਮਾਨੇ ਹੁੰਦੇ ਆ, ਪਾਬੰਦੀਆਂ ਨੇ, ਨਾ ਕੱਟੇ ਜਾਂਦੇ ਆ। ਇਹਦੇ ਜ਼ਿੰਮੇਵਾਰ ਕੌਣ ਹੈ? ਅਸੀਂ ਖੁਦ ਲੋਕ ਹਾਂ। ਕਿਹੜੇ ਪੰਜਾਬੀ ਨੇ ਜਿਹੜੇ ਆਪਦੇ ਜਵਾਕ ਨੂੰ ਪੁੱਛਦੇ ਆ ਵੀ ਪੁੱਤ ਤੈਨੂੰ ਸਕੂਲ 'ਚ ਪੰਜਾਬੀ ਬੋਲਣ ਤੋਂ ਰੋਕਿਆ ਤਾਂ ਨਹੀਂ ਜਾਂਦਾ, ਕੋਈ ਜੁਰਮਾਨਾ ਤਾਂ ਨਹੀਂ ਕੀਤਾ ਜਾਂਦਾ? ਵਿਚਾਰੇ ਪਿੰਡਾਂ ਵਾਲੇ ਹੁੰਦੇ ਆ, ਉਹਨਾਂ ਨੂੰ ਸਕੂਲ ਦੇ ਪ੍ਰਬੰਧਕ ਅਲਝਾ ਲੈਂਦੇ ਆ, ਗੁੰਮਰਾਹ ਕਰ ਲੈਂਦੇ ਆ ਕਿ ਦੇਖੋ ਜੀ ਪੰਜਾਬੀ ਤਾਂ ਤੁਸੀਂ ਘਰੇ ਵੀ ਬੋਲ ਲੈਂਦੇ ਹੋ, ਇੱਥੇ ਜਵਾਕ ਹਿੰਦੀ ਬੋਲੂਗਾ ਜਾਂ ਅੰਗਰੇਜ਼ੀ ਬੋਲੂਗਾ ਓਨਾ ਹੀ ਵਧੀਆ ਪੜ੍ਹੂ ਲਿਖੂਗਾ। ਸਾਡੇ ਲੋਕਾਂ ਨੂੰ ਇਸ ਤਰੀਕੇ ਨਾਲ ਲਿਆ ਰਿਹਾ ਕਿ ਜੇ ਸਾਡਾ ਜਵਾਕ ਪੰਜਾਬੀ ਬੋਲੂ ਸਕੂਲ 'ਚ ਉਹ ਪੜ੍ਹ ਨਹੀਂ ਸਕਦਾ। ਉਹ ਭਰਾਵੋ ਇੱਕ ਗੱਲ ਧਿਆਨ ਨਾਲ ਸੁਣ ਲਓ, ਦੁਨੀਆਂ ਦੀ ਫਿਲੋਸਫੀ, ਦੁਨੀਆਂ ਦੇ ਵਿਦਵਾਨ ਇਹ ਗੱਲ ਸਿੱਧ ਕਰ ਚੁੱਕੇ ਆ ਕਿ ਜਿਹੜਾ ਬੱਚਾ ਆਪਣੀ ਮਾਂ ਬੋਲੀ ਦੇ ਵਿੱਚ ਪਕੜ ਮਜ਼ਬੂਤ ਰੱਖੂਗਾ, ਚੰਗਾ ਪੜ੍ਹੂ ਲਿਖੂਗਾ, ਬੋਲੂਗਾ ਆਪਣੀ ਮਾਂ ਬੋਲੀ ਨੂੰ, ਉਹ ਦੂਜੀਆਂ ਭਾਸ਼ਾਵਾਂ ਨੂੰ ਬਿਹਤਰ ਸਿੱਖ ਸਕਦਾ। ਪਰ ਇੱਥੇ ਵਰਤਾਰਾ ਉਲਟਾ, ਜ਼ਿੰਮੇਵਾਰ ਨੇ ਸਾਡੇ ਪੰਜਾਬ ਦੀਆਂ ਮਾਵਾਂ। ਜਦੋਂ ਕੋਈ ਜਵਾਕ ਆ ਕੇ ਘਰੇ ਹਿੰਦੀ ਜਾਂ ਅੰਗਰੇਜ਼ੀ ਬੋਲਦਾ, ਮਾਂ ਖੁਸ਼ ਹੋਈ ਫਿਰਦੀ ਹੁੰਦੀ ਹੈ ਕਿ ਮੇਰਾ ਪੁੱਤ ਬਹੁਤ ਹੁਣ ਪੜ੍ਹਿਆ ਲਿਖਿਆ ਹੋ ਗਿਆ, ਮੇਰਾ ਪੁੱਤ ਹੁਣ ਬਹੁਤ ਤਰੱਕੀ ਕਰ ਰਿਹਾ। ਉਹ ਇੱਕ ਬਿਹਾਰ ਤੋਂ ਆਈ ਹੋਈ ਕੁੜੀ, ਉਹ ਲਾਂਤਾਂ ਪਾਉਂਦੀ ਹੈ ਪੰਜਾਬੀਆਂ ਨੂੰ, ਪੜ੍ਹਿਓ ਅਖਬਾਰ ਦੇ ਉੱਤੇ ਖਬਰ ਲੱਗੀ ਹੈ, ਕਹਿੰਦੀ ਮੈਨੂੰ 7 ਸਾਲ ਹੋ ਗਏ ਪੰਜਾਬ 'ਚ ਰਹਿੰਦੇ ਨੂੰ, ਮੈਂ ਪੂਰੀ ਸ਼ੁੱਧ ਪੂਰੀ ਠੇਠ ਪੰਜਾਬੀ ਬੋਲਦੀ ਹਾਂ, ਪਰ ਕਹਿੰਦੀ ਤੁਹਾਡੇ ਪੰਜਾਬੀ ਜਾਂ ਤਾਂ ਹਿੰਦੀ ਨੂੰ ਮੂੰਹ ਮਾਰਦੇ ਆ ਜਾਂ ਟੁੱਟੀ ਫੁੱਟੀ ਅੰਗਰੇਜ਼ੀ ਨੂੰ ਮੂੰਹ ਮਾਰਦੇ ਆ।
ਅਸੀਂ ਭੁਲੇਖੇ 'ਚ ਫਿਰਦੇ ਹਾਂ ਕਿ ਅੰਗਰੇਜ਼ੀ ਸਿੱਖ ਲਾਂਗੇ, ਹਿੰਦੀ ਬੋਲਾਂਗੇ, ਅਸੀਂ ਦੁਨੀਆ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹੋ ਜਾਵਾਂਗੇ। ਉਹ ਭਰਾਵੋ, ਉਹ ਬੋਲੀਆਂ ਦਾ ਕੰਮ ਇਕੱਲਾ ਬੋਲ ਚਾਲ ਨਹੀਂ ਹੁੰਦੀ, ਬੋਲੀਆਂ ਦਾ ਕੰਮ ਇਕੱਲਾ ਵਿਚਾਰਾਂ ਦੇ ਆਦਾਨ ਪ੍ਰਦਾਨ ਨਹੀਂ ਹੁੰਦੇ। ਬੋਲੀ ਨਾਲ ਸਾਡਾ ਬੜਾ ਕੁਝ ਜੁੜਿਆ ਹੋਇਆ, ਬੋਲੀ ਨਾਲ ਸਾਡੀ ਪਹਿਚਾਣ ਜੁੜੀ ਹੋਈ ਹੈ, ਸਾਡਾ ਵਜੂਦ ਜੁੜਿਆ ਹੋਇਆ, ਸਾਡੀ ਹੋਂਦ ਜੁੜੀ ਹੋਈ ਹੈ। ਜੇ ਬੋਲੀ ਮਰ ਗਈ, ਸਾਡੇ ਹੋਂਦ ਨੇ ਸਾਡੇ ਵਜੂਦ ਨੇ ਖਤਮ ਹੋ ਜਾਣਾ। ਹੁਣ ਇਹੀ ਤਾਂ ਸਾਜਿਸ਼ ਹੈ। ਦੁਨੀਆ ਦਾ ਇਤਿਹਾਸ ਵੀ ਇਹ ਗੱਲ ਕਹਿੰਦਾ ਹੈ ਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ, ਸਭ ਤੋਂ ਪਹਿਲਾਂ ਉਹਦੀ ਮਾਂ ਬੋਲੀ ਨੂੰ ਮਾਰੋ। ਸਾਡੇ ਉਹ ਵਰਤਾਰਾ ਸ਼ੁਰੂ ਹੋ ਗਿਆ, ਉਹ ਚੁੱਪ ਛਪੀਤੇ ਵਾਲਿਆਂ ਨੇ ਚਾਲਾਂ ਚੱਲੀਆਂ। ਸਾਨੂੰ ਪਤਾ ਨਾ ਲੱਗਿਆ ਕਿ ਕਦੋਂ ਸਾਡੀ ਮਾਂ ਬੋਲੀ ਪੰਜਾਬੀ ਨੂੰ ਸਾਡੇ ਘਰੋਂ ਬਾਹਰ ਕਰ ਦਿੱਤਾ ਗਿਆ। ਸੋ ਭਰਾਵੋ, ਅੱਜ ਆਪਾਂ ਸ਼ੁਰੂਆਤ ਕੀਤੀ ਹੈ ਆਪਣਾ ਜਿਹੜਾ ਵਿਰੋਧ ਹੈ ਅਮਿਤ ਸ਼ਾਹ ਦੇ ਖਿਲਾਫ ਹੈ, ਜਿਹੜਾ ਕਹਿੰਦਾ ਪੂਰੇ ਦੇਸ਼ ਦੇ ਵਿੱਚ ਹਿੰਦੀ ਥੋਪਾਂਗੇ। ਪਹਿਲੀ ਗੱਲ, ਮੈਨੂੰ ਇਹ ਦੱਸਿਆ ਜਾਵੇ ਕਿ ਹਿੰਦੀ ਆ ਜਿਹੜੀ ਕਿਸੇ ਵੀ ਸੂਬੇ ਦੀ ਮਾਂ ਬੋਲੀ ਨਹੀਂ ਆ। ਪੱਤਰਕਾਰ ਭਾਈਚਾਰਾ ਖੜਾ ਹੈ, ਮੈਨੂੰ ਇਹ ਦੱਸ ਦੇਣਾ, ਕੋਈ ਹੋਰ ਬੰਦਾ ਦੱਸ ਦੇ ਵੀ ਹਿੰਦੀ ਕਿਹੜੇ ਸੂਬੇ ਦੀ ਮਾਂ ਬੋਲੀ ਆ। ਹਿੰਦੀ ਕਿਸੇ ਵੀ ਸੂਬੇ ਦੀ ਮਾਂ ਬੋਲੀ ਨਹੀਂ ਆ। ਹਰਿਆਣੇ ਦੀ ਹਰਿਆਣਵੀ ਉਹਨੂੰ ਵੀ ਹਿੰਦੀ ਖਾ ਗਈ, ਰਾਜਸਥਾਨੀਆਂ ਦੀ ਰਾਜਸਥਾਨੀ ਉਹਨੂੰ ਵੀ ਹਿੰਦੀ ਖਾ ਗਈ, ਹਿਮਾਚਲੀਆਂ ਦੀ ਹਿਮਾਚਲੀ ਬੋਲੀ ਨੂੰ ਵੀ ਹਿੰਦੀ ਖਾ ਗਈ। ਬਹੁਤ ਸੂਬਿਆਂ ਦੀਆਂ ਬੋਲੀਆਂ ਜਿਹੜੀਆਂ ਹਿੰਦੀ ਨੇ ਖਤਮ ਕਰਤੀਆਂ, ਹੁਣ ਵਾਰੀ ਸਾਡੀ ਪੰਜਾਬੀਆਂ ਦੀ ਹੈ। ਪਹਿਲਾ ਨੰਬਰ ਸਾਡੇ ਪੰਜਾਬੀਆਂ ਦਾ ਲੱਗਣਾ। ਆਪਾਂ ਇਹ 15 ਦਿਨ ਆਪਾਂ ਇਹ ਚਲਾਉਣਾ ਕੰਮ ਆਪਣੀਆਂ ਫੇਸਬੁੱਕਾਂ 'ਤੇ, ਆਪਣੇ ਵਟਸਐਪਾਂ 'ਤੇ, ਆਪਣੇ ਟਵਿੱਟਰਾਂ 'ਤੇ, ਆਪਣੇ ਇੰਸਟਾਗ੍ਰਾਮ 'ਤੇ, ਆਪਣੇ ਸਨੈਪਚੈਟਾਂ 'ਤੇ ਪੰਜਾਬੀ ਲਿਖਿਆ ਕਰੋ, ਨੌਂ ਪੰਜਾਬੀ 'ਚ ਕਰੋ, ਟਿੱਪਣੀ ਪੰਜਾਬੀ 'ਚ ਕਰੋ, ਸੁਨੇਹਾ ਪੰਜਾਬੀ 'ਚ ਭੇਜੋ, ਗੱਡੀਆਂ ਦੀਆਂ ਨੰਬਰ ਪਲੇਟਾਂ ਪੰਜਾਬੀ 'ਚ ਕਰੋ, ਘਰ ਦੀਆਂ ਨੌਂ ਦੀਆਂ ਪਲੇਟਾਂ ਪੰਜਾਬੀ 'ਚ ਕਰੋ, ਦੁਕਾਨਾਂ ਦੇ ਮਕਾਨਾਂ ਦੇ ਬੋਰਡ ਪੰਜਾਬੀ 'ਚ ਕਰੋ। ਦੋ ਬੰਦੇ ਗੱਲ ਕਰਦੇ ਹੁਣ ਪੰਜਾਬੀ 'ਚ ਬੋਲਿਆ ਕਰੋ। ਜਦੋਂ ਕੋਈ ਤੁਹਾਨੂੰ ਮੋਬਾਈਲ ਵਾਲੀ ਕੰਪਨੀ ਫੋਨ ਕਰਦੀ ਹੈ, ਉਹਨੂੰ ਕਹਾਂ ਮੈਂ ਨਹੀਂ ਹਿੰਦੀ ਅੰਗਰੇਜ਼ੀ 'ਚ ਗੱਲ ਕਰਨੀ, ਪੰਜਾਬੀ ਬੋਲੂੰਗਾ। ਆਪੇ ਉਹਨਾਂ ਕੋਲ ਪੰਜਾਬੀ ਹਿੰਦਾ ਬੰਦਾ ਉਹਨੂੰ ਬੁਲਾਉਣਗੇ, ਪਰ ਅਸੀਂ ਉਹਦੇ ਮਗਰ ਹੀ ਲੱਗ ਜਾਂਦੇ ਹਾਂ। ਤੁਸੀਂ ਦੇਖਿਆ ਨਾ, ਆਪਾਂ ਪਿੰਡਾਂ 'ਚ ਦੇਖਦੇ ਹਾਂ ਯੂਪੀ ਤੋਂ ਆਏ ਹੋਏ ਬੰਦੇ, ਬਿਹਾਰ ਤੋਂ ਆਏ ਹੋਏ ਬੰਦੇ, ਆਪਣੇ ਜਮ੍ਹਾਂ ਅਨਪੜ੍ਹ ਬੰਦੇ ਹੁੰਦੇ, ਉਹਨਾਂ ਨਾਲ ਹਿੰਦੀ ਕੋਈ ਬੋਲਣ ਲੱਗ ਜਾਂਦੇ ਆ। ਕਦੇ ਆਪਾਂ ਕੋਸ਼ਿਸ਼ ਕਰਦੇ ਮੈਨੂੰ ਪੰਜਾਬੀ ਬੁਲਾਗੇ। ਸੋ ਭਰਾਵੋ, ਆਪਾਂ ਇਹ ਗੌਰ ਰੱਖਣੀ ਹੈ ਕਿ ਅਸੀਂ ਇੱਥੇ ਅਸੀਂ ਥੋੜ੍ਹੇ ਬੰਦੇ ਨਹੀਂ ਇਹਨੂੰ ਹੱਲ ਕਰ ਸਕਦੇ ਮਸਲੇ। ਸਾਰੇ ਪੰਜਾਬੀਆਂ ਨੂੰ ਇਹ ਜ਼ਿੰਮੇਵਾਰੀ ਚੱਕਣੀ ਪੈਣੀ ਹੈ। ਸਕੂਲਾਂ 'ਚ ਪਤਾ ਕਰੋ, ਜੇ ਕੋਈ ਫਿਰ ਵੀ ਸਕੂਲ ਜ਼ਬਰਦਸਤੀ ਕਰਦਾ ਹੈ, ਫਿਰ ਅਸੀਂ ਖੜ੍ਹੇ ਹਾਂ, ਫਿਰ ਅਸੀਂ ਘਿਰਾਂਗੇ ਆ ਕੇ। ਕਿਉਂਕਿ ਕਿਸੇ ਵੀ ਬੱਚੇ ਨੂੰ ਉਹਦੀ ਮਾਂ ਬੋਲੀ ਬੋਲਣ ਤੋਂ ਰੋਕਣਾ, ਜੁਰਮਾਨਾ ਕਰਨਾ ਮੌਲਿਕ ਅਧਿਕਾਰਾਂ ਦੀ ਲੰਘਣਾ। 1967 ਦਾ ਮਾਂ ਬੋਲੀ ਕਾਨੂੰਨ ਕੀ ਕਹਿੰਦਾ, 2008 ਦੇ ਵਿੱਚ ਸੋਧ ਹੁੰਦੀ ਆ, ਉਹ ਕਾਨੂੰਨ ਕੀ ਕਹਿੰਦੇ ਨੇ। ਸਰਕਾਰ ਦੀਆਂ ਚਿੱਠੀਆਂ ਆਈਆਂ DO ਕੋਲੇ, DC ਕੋਲੇ, ਸਕੂਲਾਂ 'ਚ, ਪਰ DO ਪਤਾ ਕੀ ਕਰਦਾ, ਜਾਂਦਾ ਸੀ ਆਏ DO ਬਠਿੰਡੇ ਕੋਲੇ, ਅਸੀਂ ਸਾਰੇ ਜ਼ਿਲ੍ਹਿਆਂ 'ਚ ਮਾਨਸਾ, ਬਰਨਾਲਾ, ਮੋਗਾ DO ਕੋਲੇ ਗਏ, ਜੀਆ ਫਲਾਨੇ ਫਲਾਨੇ ਸਕੂਲ ਹੈ, ਪੰਜਾਬੀ ਨਹੀਂ ਬੋਲਣ ਦਿੰਦੇ। DO ਗਿਆ ਦਫ਼ਤਰ 'ਚ, ਉਹਨਾਂ ਨੇ ਬਿਸਕੁਟ ਨਾਲ ਚਾਹ ਪਿਆ ਕੇ ਮੋੜਤਾ, ਕਹਾਣੀ ਪਤਾ ਕੀਤਾ, ਜਵਾਕਾਂ ਨੂੰ ਪੁੱਛੀ ਦਾ
ਕਿ ਯਾਰ ਤੁਹਾਨੂੰ ਪੰਜਾਬੀ ਦੇ ਕੀ ਹਾਲਾਤ ਹੈ? ਕਹਿੰਦੇ ਭਾਈ ਬੋਲਣ ਨਹੀਂ ਦਿੰਦੇ। ਮੈਂ ਕਿਹਾ ਜੀ ਅਸੀਂ ਆ ਕੇ ਸਕੂਲ 'ਚ ਬੋਲੋਗੇ? ਕਹਿੰਦੇ ਨਾ ਨਾ ਕੱਟ ਦੇਣਾ, ਜਾਂ ਸਾਡਾ ਬਾਪੂ ਜਾਂ ਸਾਡੀ ਬੇਬੇ ਘਰੇ ਕੁੱਟੂਗੀ ਵੀ ਤੈਨੂੰ ਪੰਗਾ ਲੈਣ ਦੀ ਕੀ ਲੋੜ ਸੀ। ਉਹ ਇਹ ਪੰਜਾਬ ਨੇ ਜੱਗੇ ਜਾਉਣੇ ਸੁੱਚੇ ਦੁੱਲੇ ਜੰਮੇ ਨੇ। ਇਹ ਪੰਜਾਬ ਕਦੇ ਇੱਜ਼ਤਾਂ ਰੱਖਾਂ ਖਾਤਰ ਮਰਨ ਵਾਲਾ ਪੰਜਾਬ ਰਿਹਾ? ਕਦੇ ਪਿੱਠ ਨਹੀਂ ਦਿਖਾਈ ਇਹ ਪੰਜਾਬੀਆਂ ਨੇ? ਹਮੇਸ਼ਾ ਹਿਕੜਾ ਕੇ ਆਪਣੀ ਜਾਨਾਂ ਦਿੱਤੀਆਂ ਨੇ ਪੰਜਾਬੀਆਂ ਨੇ। ਅੱਜ ਉਹ ਅੱਜ ਇੰਨੀ ਗੱਲ ਪਿੱਛੇ ਅਸੀਂ ਭੱਜ ਰਹੇ ਹਾਂ ਓਏ, ਕਿ ਸਾਡਾ ਨਾਂ ਕੱਟ ਦੂਗਾ। ਮਾਂ ਬਾਪ ਨਾਲ ਗੱਲ ਕਰੀ ਦੀ ਹੈ, ਉਹ ਯਾਰ ਰਹਿਣ ਦੇ, ਸਾਡੇ ਜਵਾਕ ਨੂੰ ਕੱਢ ਦੇਣਗੇ। ਅਤੇ ਤੁਹਾਡਾ ਜਵਾਕ ਕਿਹੜਾ ਪੜ੍ਹ ਕੇ ਫਿਰ ਸੈਂਟ ਜੋਰਜ ਸੈਂਟ ਜੇਵੀ ਡੀ ਸੀ ਲੱਗ ਜਾਊਗਾ? ਇਹ ਭੁਲੇਖਾ ਹੈ, ਵਹਿਮ ਹੈ। ਸਾਡੇ ਜਵਾਕ ਨਾ ਉੱਧਰ ਦੇ ਰਹਿਣਗੇ ਨਾ ਉੱਧਰ ਦੇ ਰਹਿਣਗੇ। ਪੜ੍ਹ ਲਓ, ਅੰਗਰੇਜ਼ੀ ਪੜ੍ਹਾਓ, ਹਿੰਦੀ ਪੜ੍ਹਾਓ, ਸਾਰੀਆਂ ਜ਼ਬਾਨਾਂ ਪੜ੍ਹਾਓ, ਪਰ ਆਪਣੀ ਮਾਂ ਬੋਲੀ ਨੂੰ ਨਾ ਭੁਲਾਓ, ਆਪਣੀ ਮਾਂ ਬੋਲੀ ਨੂੰ ਨਾ ਭੁਲਾਓ। ਆਪਾਂ 15 ਦਿਨ ਦੁਬਾਰਾ ਫਿਰ DO ਕੋਲ ਜਾਣਾ, DCਾਂ ਕੋਲ ਜਾਣਾ, ਘਰੋ ਘਰੀ ਪਿੰਡੋ ਪਿੰਡੀ ਮੁਹਿੰਮ ਚਲਾਉਣੀ ਹੈ। ਆ ਫੇਸਬੁੱਕਾਂ ਦੇ ਉੱਤੇ ਰੋਜ਼ ਸੁਨੇਹੇ ਸਾਂਝੇ ਕਰਨੇ ਆ। 15 ਦਿਨ ਪੂਰਾ ਹੜ ਲਿਆ ਦਿਓ, ਹਨੇਰੀ ਲਿਆ ਦਿਓ ਫੇਸਬੁੱਕਾਂ ਦੇ ਉੱਤੇ ਪੰਜਾਬੀ ਦੇ ਲਈ, ਤਾਂ ਕਿ ਸੈਂਟਰ 'ਚ ਬੈਠੇ ਅਮਿਤ ਸ਼ਾਹ ਮੋਦੀ ਵਰਗਾ ਵੀ ਪਤਾ ਲੱਗ ਜੇ ਕਿ ਜਿਵੇਂ ਆਹ ਦੱਖਣ ਵਾਲੇ ਦੇਖੋ, ਦੱਖਣ ਵਾਲੇ ਉਹ ਕਮਲ ਹਸਨ ਦਾ ਬਿਆਨ ਆ ਚੁੱਧਰਲੇ ਦਾ, ਉਹ ਫਿਲਮੀ ਐਕਟਰ ਦਾ, ਉਹ ਕਹਿੰਦਾ ਭੁੱਲ ਜਾਓ ਹਿੰਦੀ ਨੂੰ, ਅਸੀਂ ਸਾਡੀਆਂ ਕੰਨਾਂ ਤਾਮਲ 'ਤੇ ਥੋਪਣ ਦਿੰਦੇ। ਉਹਨਾਂ ਦੇ MLA MPਾਂ ਦੇ ਬਿਆਨ ਹੈ, ਉਹ ਮੰਤਰੀਆਂ ਦੇ ਬਿਆਨ ਆ, ਮੁੱਖ ਮੰਤਰੀਆਂ ਦੇ ਬਿਆਨ ਹੈ। ਉਹਨਾਂ ਦੇ ਬਿਆਨ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਹਿੰਦੀ ਨੂੰ ਨਹੀਂ ਸੌਂਪਣ ਦੇਵਾਂਗੇ। ਉਹ ਪੰਜਾਬ ਵਾਲਾ ਮੂੰਹ ਹੀ ਟੁੱਟ ਗਿਆ ਹੋਵੇ। ਉਹ ਕਿਸੇ ਮੁੱਖ ਮੰਤਰੀ ਦਾ ਬਿਆਨ ਨਹੀਂ, ਕਿਸੇ ਵਿਰੋਧੀ ਨੇਤੇ ਦਾ ਬਿਆਨ ਨਹੀਂ, ਕਿਸੇ ਬਾਦਲਾਂ ਦਾ ਬਿਆਨ ਨਹੀਂ, ਕਿਸੇ ਕੈਪਟਨਾਂ ਦਾ ਬਿਆਨ ਨਹੀਂ। ਆਹ ਸਾਡੇ ਲੋਕਾਂ ਦੇ ਆਹ ਲੇਖਕ ਦੇਖੋ, ਆਹ ਸੁਰਜੀਤ ਪਾਤਰ ਵਰਗੇ ਜਿਨ੍ਹਾਂ ਨੇ ਸਾਰੀ ਉਮਰ ਕਹਿੰਦੇ ਅਸੀਂ ਪੰਜਾਬੀ ਦੀ ਸੇਵਾ ਕਰਦੇ ਹਾਂ, ਉਹ ਸਾਰੀ ਉਮਰ ਮਲਾਈਆਂ ਖਾਂਦੇ ਰਹੇ, ਅਹੁਦੇ ਲੈ ਲਏ, ਵੱਡੇ ਵੱਡੇ ਅਵਾਰਡ ਲੈ ਲਏ, ਇਨਾਮ ਲੈ ਲਏ, ਨਾਂ ਪਾ ਲਿਆ ਬੋਲੀ ਦੇ ਸਿਰ 'ਤੇ। ਹੁਣ ਆਉਂਦੇ ਆ, ਬੰਦ ਕਮਰੇ ਸੈਮੀਨਾਰ ਕੀਤਾ, ਲੋਹੀ ਪਵਾਈ, ਹੋ ਗਈ ਜੀ ਪੰਜਾਬੀ ਦੀ ਸੇਵਾ। ਉਹ ਗਾਇਕ ਦੇਖੋ, ਉਹ ਨਾਮ ਮਾਤਰ ਗਾਇਕ ਬੋਲਿਆ ਹੋਣਾ ਵਿਚਾਰਾ, ਹੋਈ ਇੱਕ ਅੱਧਾ ਗਾਇਕ ਬੋਲਿਆ। ਕੋਈ ਗਾਇਕ ਜਿਹੜੇ ਸਟੇਜਾਂ 'ਤੇ ਖੜ ਕੇ ਮੀਡੀਆ ਅੱਗੇ ਖੜ ਕੇ ਰੌਲਾ ਪਾਉਂਦੇ ਆ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਅਸੀਂ ਬਹੁਤ ਕੁਛ ਕਰ ਰਹੇ ਹਾਂ ਮਾਂ ਬੋਲੀ ਦੀ। ਜਦੋਂ ਵੀ ਕੋਈ ਪੰਜਾਬੀ ਮਾਂ ਬੋਲੀ ਦੇ ਖਿਲਾਫ਼ ਕੋਈ ਫਰਮਾਨ ਜਾਰੀ ਹੁੰਦਾ, ਪੰਜਾਬੀ ਮਾਂ ਬੋਲੀ ਦਾ ਕਤਲੇਆਮ ਹੁੰਦਾ, ਕਿਹੜਾ ਗਾਇਕ ਹੈ ਉੱਥੋਂ ਜਿਹੜਾ ਹਿੱਕ ਕੱਢ ਕੇ ਬਾਹਰ ਆਇਆ, ਜਿਹੜਾ ਮੈਦਾਨਾਂ 'ਚ ਆਇਆ, ਜਿਹੜਾ ਸੜਕਾਂ 'ਤੇ ਆਇਆ, ਉਹ ਇਹਦਾ ਇਕੱਲਾ ਸਟੇਜ 'ਤੇ ਖੜ ਕੇ ਬਿਆਨ ਵੀ ਨਹੀਂ ਦਿੰਦੇ, ਬਾਕੀ ਤਾਂ ਗੱਲਾਂ ਦੂਰ ਦੀਆਂ ਨੇ। ਸੋ ਮੇਰੀ ਆਹ ਮੀਡੀਆ ਖੜਾ, ਤੁਸੀਂ ਪੰਜਾਬੀ ਭਰਾ ਖੜੇ, ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਇਹ ਮੀਡੀਆ ਦੇ ਜਰੀਏ ਬੇਨਤੀ ਹੈ ਕਿ ਯਾਰ ਆਪਣੇ ਘਰਾਂ ਨੂੰ ਆਪਾਂ ਸੰਭਾਲ ਲਈਏ, ਆਪਣੀ ਅਸਲ ਪੂੰਜੀ ਸੰਭਾਲ ਲਈਏ, ਦੌਲਤਾਂ ਸ਼ੌਹਰਤਾਂ ਕੋਠੀਆਂ ਕਾਰਾਂ ਖੜੀਆਂ ਕਰ ਲਓਗੇ, ਅਸਲ ਪੂੰਜੀ ਸਾਡੀ ਔਲਾਦ ਸਾਡੀ ਜ਼ਬਾਨ ਜੇ ਮਰ ਗਈ ਨਾ, ਇਹ ਲੱਖੀ ਨਾ ਕਰੋੜੀ ਨਾ ਰੁਪਈ ਨਾ ਖਰਬੀ ਇਹ ਨਹੀਂ ਮੁੜ ਕੇ ਮਿਲਦੀ। ਇੱਕ ਵਾਰੀ ਮਿੱਟੀ ਜੀ ਰੁਲ ਗਈ, ਇੱਕ ਵਾਰੀ ਆਹ ਨਾਮੋ ਨਿਸ਼ਾਨ ਖਤਮ ਹੋ ਗਿਆ, ਮਿਲਣੀ ਨਹੀਂ, ਇਹ ਭੁੱਲ ਜਾਓ ਵੀ ਅਸੀਂ ਦੁਬਾਰੇ ਤਿਆਰ ਕਰ ਲਾਂਗੇ। ਦੇਖੋ ਮੈਂ ਆਪਾਂ ਕਿੱਡੀ ਦੁੱਖ ਦੀ ਗੱਲ ਆ, ਕਿੱਡੀ ਦੁੱਖ ਦੀ ਗੱਲ ਹੈ, ਪੰਜਾਬ ਦੇ ਵਿੱਚ ਆਪਾਂ ਨੂੰ ਅੱਜ ਪੰਜਾਬੀ ਲਈ ਜਦੋਂ ਜਹਿਦ ਕਰਨੀ ਪੈ ਰਹੀ ਹੈ। ਹੋਰ ਆਪਾਂ ਕੀ ਸੋਚ ਲਾਂਗੇ ਵੀ ਆਪਾਂ ਪੰਜਾਬੀ ਨੂੰ ਕਿਤੇ ਯੂਪੀ ਦੀ ਰਾਹ 'ਤੇ ਲਾਗੂ ਕਰਾ ਲਾਂਗੇ?
ਉਹ ਸਾਡੇ ਪੰਜਾਬ 'ਚ ਹੀ ਮਾਰੀ ਜਾਂਦੇ ਨੇ। ਕੱਲ੍ਹ ਮੈਂ ਇਹਨਾਂ ਦੀ ਇੱਕ ਵਿਚਾਰ ਚਰਚਾ ਸੁਣਦਾ ਸੀਗਾ, ਮੈਂ 2 ਮਿੰਟ ਹੀ ਲਊਂਗਾ, ਵਾ ਖਤਮ ਕਰਦਾ। ਇੱਕ ਤਾਂ ਉੱਥੇ ਬੈਠਾ ਸੀਗਾ ਹਿੰਦੀ ਵਿਭਾਗ ਦਾ ਗੁਰਮੀਤ ਸਿੰਘ ਨਿਊਜ਼ 18 ਚੈਨਲ 'ਤੇ, ਇੱਕ ਧਨੇਰਵਰ ਸੀਗਾ, ਇੱਕ ਸੀਗਾ ਸੁਰਜੀਤ ਸਿੰਘ। ਉਹ ਜਿਹੜਾ ਗੁਰਮੀਤ ਸਿੰਘ ਸੀਗਾ ਹਿੰਦੀ ਵਾਲਾ, ਕਹਿੰਦਾ ਵੀ ਮੈਂ ਬਠਿੰਡੇ ਨਹੀਂ ਗਿਆ ਅਤੇ ਬਠਿੰਡਿਆਂ ਨੇ ਬੋਰਡਾਂ 'ਤੇ ਰੰਗ ਮਾਰਤਾ, ਮੇਰਾ ਗਲਤ ਹੈ। ਉੱਥੇ ਸੁਰਜੀਤ ਨੇ ਖੈਰ ਜਵਾਬ ਵੀ ਦਿੱਤਾ, ਧਨੇਰਵਰ ਨੇ ਵੀ ਜਵਾਬ ਦਿੱਤਾ, ਮੈਂ ਜਵਾਬ ਦੇਣਾ ਚਾਹੁੰਦਾ ਸੀ ਰੰਗ ਕਿਉਂ ਮਾਰਿਆ, ਅਸੀਂ ਪਰਚੇ ਵੀ ਕਰਾਏ, ਰੰਗ ਕਿਉਂ ਮਾਰਿਆ। ਪਹਿਲੀ ਗਲਤੀ ਸਾਡੀ ਕਿ ਇਹਨਾਂ ਦੀ, ਜਦੋਂ ਕਿ ਮਾਂ ਬੋਲੀ ਕਾਨੂੰਨ ਕਹਿੰਦਾ ਵੀ ਜਿਹੜੇ ਸੂਬੇ ਦੀ ਮਾਂ ਬੋਲੀ ਹੈ ਸਭ ਤੋਂ ਉੱਪਰ, ਫਿਰ ਹਿੰਦੀ ਫਿਰ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ। ਇਹਨਾਂ ਨੇ ਪੰਜਾਬੀ ਪੈਰਾਂ 'ਚ ਲਾ ਤੀ, ਉੱਤੇ ਅੰਗਰੇਜ਼ੀ ਦੀ ਹਿੰਦੀ ਲਾ ਤੀ। ਉਹ ਕਹਿੰਦਾ ਹਿੰਦੀ ਨੂੰ ਖਤਰਾ। ਉਹਨੇ ਕਾਫੀ ਸਵਾਲ ਜਵਾਬ ਜਿਹੜੇ ਇਸ ਤਰ੍ਹਾਂ ਦੇ ਕੀਤੇ, ਉਹ ਕਹਿੰਦਾ ਹਿੰਦੀ ਦਾ ਜਾਣ ਕੇ ਵਿਰੋਧ ਕਰਦੇ ਹੋ, ਅੰਗਰੇਜ਼ੀ ਦਾ ਕਿਉਂ ਨਹੀਂ ਕਰਦੇ? ਮੈਂ ਕਿਹਾ ਵਿਰੋਧ ਨਹੀਂ ਕਰਦੇ, ਵਿਰੋਧ ਨਹੀਂ ਕਰਦੇ, ਸਾਰੀਆਂ ਜਵਾਨਾਂ ਦਾ ਸਤਿਕਾਰ ਕਰਦੇ, ਪਰ ਤੁਸੀਂ ਸਾਡੀ ਪੰਜਾਬੀ ਨੂੰ ਕਿਉਂ ਮਾਰ ਉੱਤੇ ਤੁਰੇ ਹੋਏ? ਸਾਡਾ ਇਸ ਗੱਲ ਦਾ ਵਿਰੋਧ, ਸਾਰੀਆਂ ਜਵਾਨਾਂ ਨੂੰ ਇਹ ਹੌਲੀ 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 ਕਰਕੇ ਏਜੰਡਾ ਇਹਨਾਂ ਨੇ ਲਾਗੂ ਕਰਨਾ। ਯਾਦ ਰੱਖਿਓ, ਮੈਂ ਅਖੀਰ ਦੇ ਉੱਤੇ ਫਿਰ ਕਹਿਣਾ, ਨਾ ਸੰਭਲੇ, ਨਾ ਜਾਗੇ, ਨਾ ਸੁਚੇਤ ਹੋਏ, ਅਗਲਾ ਨੰਬਰ ਪੰਜਾਬ ਦਾ, ਅਗਲਾ ਨੰਬਰ ਪੰਜਾਬੀ ਦਾ, ਸਾਡੀ ਪੰਜਾਬੀਅਤ ਹੈ, ਸਾਡੇ ਵਿਰਸੇ, ਸਾਡੀਆਂ ਬੋਲੀਆਂ, ਸਾਡੀ ਧਰਤੀ, ਸਾਡੇ ਪਾਣੀਆਂ ਦਾ ਨੰਬਰ ਹੈ। ਯਾਦ ਰੱਖਿਓ ਇਹ ਗੱਲ, ਘਰਾਂ 'ਚ ਵੜ ਕੇ ਨਹੀਂ ਗੱਲ ਬਣਨੀ, ਕਿੰਨਾ ਜਗਲਾ ਘਰਾਂ 'ਚੋਂ ਕੱਢ ਲਿਆਉਣਗੇ, ਫਿਰ ਕੀ ਕਰੋਗੇ? ਸੋ ਆਓ ਆਪਾਂ, ਮੇਰਾ ਵੀਰ ਆਪੋ ਆਪਣੀ ਜ਼ਿੰਮੇਵਾਰੀ, ਜਿਹੜੀਆਂ ਮੈਂ ਗੱਲਾਂ ਬੋਲੀਆਂ, ਐਂ ਨਹੀਂ ਹੈਗਾ ਵੀ ਆਪਾਂ ਇੱਥੇ ਮਾਰਚ ਕਰਤਾ, ਆਹ ਪੁਤਲਾ ਫੂਕਤਾ, ਅਰਥੀ ਫੂਕਤੀ, ਇਹਨਾਂ ਦੇ ਖਿਲਾਫ਼ ਰੋਸ ਮੁਜ਼ਾਹਰਾ ਕਰਤਾ, ਅਖਬਾਰਾਂ 'ਚ ਖਬਰਾਂ ਲਵਾ ਲਈਆਂ, ਟੈਲੀਵਿਜ਼ਨ 'ਚ ਆ ਗਿਆ, ਬਸ ਐਂ ਨਹੀਂ। ਲਗਾਤਾਰ ਅਸੀਂ ਲਗਾਤਾਰ ਪਿਛਲੇ 3 ਸਾਲਾਂ ਤੋਂ ਲੜ ਰਹੇ ਹਾਂ ਸਕੂਲਾਂ ਵਾਲਿਆਂ ਨਾਲ, DO ਨਾਲ, DC ਨਾਲ, ਭਾਸ਼ਾ ਵਿਭਾਗ ਦੇ ਨਾਲ। ਹੁਣ ਭਾਸ਼ਾ ਵਿਭਾਗ ਦੇ ਲੋਕ ਕੀ ਹੋਇਆ, ਹੁਕਮ ਚੰਦ ਪਤਾ ਕੀ ਕਹਿੰਦਾ? ਕਹਿੰਦਾ 2 ਸਾਲ ਠਹਿਰ ਜਾਓ। ਹੁਕਮ ਚੰਦ ਹਿਮਾਚਲ ਤੋਂ ਆਇਆ, ਇੱਕ ਪ੍ਰੋਫੈਸਰ ਸੀਗਾ, ਹਿੰਦੀ ਦਿਹਾੜੇ 'ਤੇ ਬੋਲ ਰਿਹਾ ਸੀ, ਕਹਿੰਦਾ ਤੇਜਵੰਤ ਮਾਨ ਪੰਜਾਬੀ ਦਾ ਜਿਹੜਾ ਲੇਖਕ ਹੈ ਉਹ ਬੋਲਣ ਲੱਗਿਆ, ਪੰਜਾਬੀ ਦੇ ਲੇਖਕਾਂ ਨੇ ਉਹਦੇ ਹੱਥੋਂ ਮੈਗ ਹੀ ਫੜ ਲਿਆ। ਤਾਂ ਹੁਕਮ ਚੰਦ ਕਹਿੰਦਾ 2 ਸਾਲ ਖੜ ਜਾਓ, ਅਸੀਂ ਕਹਿੰਦਾ ਤੁਹਾਨੂੰ ਦੱਸਾਂਗੇ ਵੀ ਹਿੰਦੀ ਕੀ ਚੀਜ਼ ਹੈ। ਉਹ ਲਾਂਤੀਓ ਉਹ ਜੇ ਤੇਜਵੰਤ ਮਾਨ ਪੰਜਾਬੀ ਦੀ ਗੱਲ ਕਰ ਰਿਹਾ ਸੀ ਤਾਂ ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ, ਤੁਸੀਂ ਉਹਨੂੰ ਰੋਕ ਰਹੇ ਸੀ, ਉਹਦਾ ਹੀ ਮੈਗ ਬੰਦ ਕਰਤਾ। ਆਹ ਸਾਡੇ ਲੇਖਕਾਂ ਦੇ ਕਿਰਦਾਰ ਹੈ, ਜਿਹੜੇ ਵੱਡੇ ਵੱਡੇ ਕਹਿੰਦੇ ਅਸੀਂ ਸ਼੍ਰੋਮਣੀ ਅਵਾਰਡ ਜਿੱਤੇ ਹੋਏ ਨੇ। ਪੰਜਾਬ ਦੇ ਵਿੱਚ ਆ ਕੇ ਪੰਜਾਬੀ ਮਾਂ ਬੋਲੀ ਨੂੰ ਗਾਲਾਂ ਕੱਢੇ, ਭਾਸ਼ਾ ਵਿਭਾਗ ਦਾ ਦਫ਼ਤਰ ਹੋਵੇ, ਐਦੂ ਲਾਂਤ ਕੀ ਹੋ ਸਕਦੀ ਹੈ? ਸਰਕਾਰ ਦਾ ਬੰਦਾ ਕੋਈ ਬੋਲਿਆ? ਮੇਰੀ ਕੱਲ੍ਹ ਡਾਇਰੈਕਟਰ ਨਾਲ ਗੱਲ ਹੋਈ ਭਾਸ਼ਾ ਵਿਭਾਗ ਦੀ ਨਾਲ, ਮੈਂ ਕਿਹਾ ਇਹ ਪ੍ਰੋਗਰਾਮ ਕਿਹਨੂੰ ਪੁੱਛ ਕੇ ਕਰਾਇਆ, ਕਿਹਦੀ ਪ੍ਰਵਾਨਗੀ ਨਾਲ ਕਰਾਇਆ? ਕੋਈ ਸਰਕਾਰ ਦੀ ਪ੍ਰਵਾਨਗੀ ਸੀ? ਉਹਦਾ ਜੋ ਘਟਨਾ ਹੋਈ ਕੀ ਜ਼ਿੰਮੇਵਾਰੀ ਹੈ ਤੁਹਾਡੀ? ਪੱਲੇ ਹੀ ਝਾੜ ਗਈ, ਕਹਿੰਦੀ ਮੈਨੂੰ ਤਾਂ ਪਤਾ ਨਹੀਂ ਸੀ ਕੁਛ ਹੋਇਆ ਹੀ ਨਹੀਂ। ਦੱਸੋ ਭਰਾਵੋ, ਆਓ ਮੇਰਾ ਵੀਰ, ਕਰੀਆਂ ਗੱਲਾਂ ਇੱਧਰੋਂ ਪਾਈਆਂ ਇੱਧਰ ਕਰਤੀਆਂ, ਐਂ ਨਾ ਕਰੋ ਭਰਾ ਬਣ ਕੇ, ਬੇਨਤੀ ਹੱਥ ਬੰਨ ਕੇ। ਮਸਲਾ ਬਹੁਤ ਵੱਡਾ, ਛੋਟਾ ਨਹੀਂ, ਮਸਲਾ ਬਹੁਤ ਵੱਡਾ। ਅਮਿਤ ਸ਼ਾਹ ਦਾ ਬਿਆਨ ਇੱਕ ਖਤਰਨਾਕ ਬਿਆਨ ਹੈ, ਇੱਕ ਬਹੁਤ ਹੀ ਮਤਲਬ ਕਿ ਖਤਰਨਾਕ ਰੁਝਾਨ ਵਾਲ ਇੱਕ
ਇੱਕ ਇਸ਼ਾਰਾ ਕਰਦਾ, ਇੱਕ ਸੰਕੇਤ ਕਰਦਾ ਕਿ ਆਉਣ ਵਾਲੇ ਹਾਲਾਤ ਦੇ ਕੀ ਹੋਣ ਜਾ ਰਹੇ। ਸੋ ਮੈਂ ਵੀ ਬੇਨਤੀ ਕਰਦਾ ਕਿ ਇਹ ਹਿੰਦੂ ਭਰਾਵਾਂ ਨੂੰ ਵੀ ਕਰਦਾ, ਮੁਸਲਮਾਨਾਂ ਨੂੰ ਵੀ ਕਰਦਾ, ਈਸਾਈਆਂ ਨੂੰ ਵੀ ਕਰਦਾ, ਸਿੱਖਾਂ ਨੂੰ ਵੀ ਕਰਦਾ, ਵੀ ਸਾਡੀ ਸਾਰਿਆਂ ਦੀ ਸਾਂਝੀ ਜ਼ਬਾਨ ਹੈ। ਇਕੱਠੇ ਹੋ ਕੇ, ਸਾਂਝੇ ਹੋ ਕੇ ਇੱਕ ਫਰੰਟ 'ਤੇ ਲੜੋ, ਇੱਕ ਮੰਚ 'ਤੇ ਆ ਕੇ ਲੜੋ। ਪਾਟੋ ਨਾ ਇਹਨੂੰ ਸਿੱਖਾਂ ਨਾਲ ਜਾਂ ਮੁਸਲਮਾਨਾਂ ਨਾਲ ਜਾਂ ਈਸਾਈਆਂ ਜਾਂ ਹਿੰਦੂਆਂ ਨਾਲ ਨਾ ਜੋੜਿਆ ਜਾਵੇ। ਧੰਨਵਾਦ। ਹੁਣ ਆਪਾਂ ਪੁਤਲੇ ਨੂੰ ਅੱਗ ਲਾਵਾਂਗੇ, ਕਾਹਨੂੰ ਕਰ ਲਓ ਮਾੜਾ ਜਿਹਾ ਪਾਣੀ ਬਾਬਾ ਕਰੀ ਰਿਕਸ਼ਾ ਕਹਾਂ ਮਾੜਾ ਜਿਹਾ ਥੱਲੇ ਆ ਜਾ ਫੋਟੋ ਕਰਦੇ ਬਾਬਾ ਪਹਿਲਾਂ ਖੁੱਲੇਗਾ ਉਹ ਪੰਜਾਬੀ ਮਾਂ ਬੋਲੀ ਦੇ ਕਾਤਲ ਮੁਰਦਾ ਬਾਈ ਜੀ ਪੂਰੇ ਮੁਰਦਾ ਪੰਜਾਬੀ ਮਾਂ ਬੋਲੀ ਨਾਲ ਧੱਕੇ ਸ਼ਾਹੀ ਨਹੀਂ ਚੱਲੇਗੀ। ਮਾਂ ਬੋਲੀ ਪੰਜਾਬੀ ਨੂੰ ਪੂਰੇ ਪੰਜਾਬ ਦਾ ਕੰਮ ਕਾਰ ਪੰਜਾਬੀ ਮਾਂ ਬੋਲੀ ਕਰੋ। ਪੁੱਛੋ ਨਾ ਕਦੋਂ ਬੰਦ ਕਰਨਾ।